सिखां दे 6वें गुरु गुरु हरगोबिंद साहिब जी दे बंदी छोड़ दिवस दे मौके निहंग जथेबंदियां वल्लों मौसम खराब होने दे बावजूद एक नगर कीर्तन कढ़िया गया, जिस विच घोड़सवार निहंगा ने अपने जौहर दिखा के लोगों का मन मोलिया। इसे तरह गतके ते तलवार दे करतब भी दिखाए गए। उधर हो यार के अपना Thank you.
ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਵਿਸ਼ਾਲ ਮਹੱਲਾ ਸਜਾਇਆ ਗਿਆ ਉਹਦੇ ਵਿੱਚ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਅਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਸਤਿਕਾਰਯੋਗ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲ ਪੰਥ, ਬਾਬਾ ਵਿਧੀ ਚੰਦ ਜੀ, ਬਾਬਾ ਗੱਜਨ ਸਿੰਘ ਜੀ ਦਲ ਪੰਥ, ਬਾਬਾ ਬਖਾਲਾ ਸਾਹਿਬ ਅਤੇ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ, ਬਾਬਾ ਤਰਸੇਮ ਸਿੰਘ ਜੀ ਮਹਿਤਾ ਚੌਂਕ ਵਾਲੇ, ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਗੁਰੂ ਨਾਨਕ ਦਲ, ਬਾਬਾ ਵਸਨ ਸਿੰਘ ਜੀ ਅਤੇ ਬਾਬਾ ਤਰਲੋਕ ਸਿੰਘ ਜੀ, ਬਾਬਾ ਰਘਵੀਰ ਸਿੰਘ ਜੀ, ਬਾਬਾ ਮੇਜਰ ਸਿੰਘ ਜੀ ਲੁਧਿਆਣੇ ਵਾਲੇ, ਹੋਰ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ। ਤੁਸੀਂ ਦੇਖਿਆ ਭਾਵੇਂ ਇੰਦਰ ਦੇਵਤੇ ਨੇ ਵੀ ਆਪਦੀ ਕੋਸ਼ਿਸ਼ ਕੀਤੀ ਪਰ ਨਿਹੰਗ ਸਿੰਘ ਜਥੇਬੰਦੀਆਂ ਘੋੜ ਸਵਾਰਾਂ ਨੇ ਕੋਈ ਪਰਵਾਹ ਨਾ ਕਰਦਾ। ਅੱਜ ਜਿਹੜੇ ਆ ਜੰਗਜੂ ਕਰਤੱਵ ਬੰਦੀ ਛੋੜ ਦਿਵਸ ਦੀਵਾਲੀ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਮਹੱਲਾ ਜਿਹੜਾ ਬੁਰਜਾ ਅਕਾਲੀ ਫੂਲਾ ਸਿੰਘ ਜੀ ਤੋਂ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਜਾਇਆ ਗਿਆ ਅਤੇ ਅੱਜ ਜਿਹੜਾ ਭਾਵੇਂ ਆਪਾਂ ਇੱਥੇ ਖੁੱਲ੍ਹੇ ਮੈਦਾਨ ਦੇ ਵਿੱਚ ਆ ਕੇ ਜੰਗਜੂ ਕਰਤੱਵ ਜਿਹੜੇ ਤੁਸੀਂ ਦਰਸ਼ਨ ਕੀਤੇ ਨੇ, ਘੋੜ ਸਵਾਰੀ ਦੇ ਦੋ ਘੋੜਿਆਂ 'ਤੇ ਚਾਰ ਚਾਰ ਛੇ ਛੇ ਘੋੜਿਆਂ 'ਤੇ ਸਿੰਘਾਂ ਨੇ ਖੜ੍ਹੇ ਹੋ ਕੇ ਜੰਗਜੂ ਜਿਹੜੇ ਕਰਤੱਵ ਦਿਖਾਏ ਨੇ, ਹੁਣ ਤੁਸੀਂ ਦੇਖ ਰਹੇ ਹੋ ਗੱਤਕੇ ਦੇ ਜੋਰ ਦੇਖ ਰਹੇ ਹੋ। ਮੈਂ ਸਮੁੱਚੀਆਂ ਹੀ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਜਿਹੜੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਆਪਾਂ ਦਰਸ਼ਨ ਕਰ ਰਹੇ ਹਾਂ, ਉੱਥੇ ਹੀ ਮਹੱਲੇ ਦੇ ਵੀ ਦਰਸ਼ਨ ਕੀਤੇ ਨੇ। ਮੈਂ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇੱਥੇ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ, ਬਹੁਤ ਬਹੁਤ ਵਧਾਈਆਂ ਜੀ। ਆਵਾਜ਼ ਕੰਪਨੀ ਅੰਮ੍ਰਿਤਸਰ ਲਾਲੀ ਸ਼ਰਮਾ ਦੀ ਰਿਪੋਰਟ।